ਚਾਲ ਜਿਵੇਂ ਕੁਮਾਰ ਤੂੰ ਢੇਹਾ ਢੇਰੀ ਕਰ ਦਿੰਦਾ। ਇਹ ਵੀ ਉਹੀ ਦੌਰ ਸੀ ਜੋ ਸਾਡੇ ਪੰਜਾਬ ਦੀ ਆਪਸੀ ਸਾਂਝ ਪਿਆਰ ਮੁਹੱਬਤ ਤੇ ਅਮਨ ਸ਼ਾਂਤੀ ਨੂੰ ਢੇਹਾ ਢੇਰੀ ਕਰ ਰਿਹਾ ਸੀ, ਖੋਖਲਾ ਕਰ ਰਿਹਾ ਸੀ ਹਰ ਉਮੀਦ ਨੂੰ ਜੋ ਕੱਲ੍ਹ ਦੀ ਉਡੀਕ 'ਚ ਕੁਛ ਕਰ ਦਿਖਾਉਣ ਨੂੰ ਵਰਤੀ ਸੀ, ਕਿਉਂਕਿ ਉਹਨਾਂ ਦੀ ਅੱਜ ਨੂੰ ਹੀ ਸੇਵਿਆਂ ਦੀ ਮਿੱਟੀ 'ਚ ਮਿਲਾ ਦਿੱਤਾ ਗਿਆ। ਇਹ ਉਹੀ ਦੌਰ ਸੀ ਜਿਸ ਦੀ ਸ਼ਾਇਦ ਇਤਿਹਾਸ ਵੀ ਹੰਝੂਆਂ 'ਚ ਗਵਾਹੀ ਭਰਦਾ ਰਹੇ। ਇਹ ਉਹੀ ਦੌਰ ਜਿਸ ਨੂੰ ਇਨਸਾਨੀਅਤ ਵੀ ਸ਼ਰਮ ਨਾ ਭੁਲਾਉਣ ਨੂੰ ਕਰਨੀ। ਜਲਦੀ ਜਾ ਕੇ ਦੇਖੋ ਵੇ, ਇਹ ਮੇਰੇ ਸਾਲਾ ਹੱਥੋਂ ਨਾ ਨਿਕਲ ਜੇ। ਜੇ ਹੱਥੋਂ ਨਿਕਲ ਗਿਆ ਤਾਂ ਬੋਦਾ ਸਾਲਿਓ ਆਪਣਾ ਲਹੂ ਪੀਜੂ। ਛੇਤੀ ਲੱਭ ਲਓ ਨੂੰ, ਐਵੇਂ ਬੋਦੇ ਲਾਲ ਨੇ ਆਪਣੀ ਜਾਨ ਖਾਈ ਜਾਣੀ ਆ। ਓਏ ਤੈਨੂੰ ਆਪਰੇ ਕਰੋ ਫਿਰ ਕੀ ਤੇ ਆ ਕਹਿਣਾ ਮਗਰ ਦੀ ਚੜ ਜਾ ਇੱਧਰ ਦੀ। ਕੀ ਗੱਲ ਹੋ ਗਈ ਜਨਾਬ? ਓਏ ਹੋਣਾ ਕੀ ਹੈ ਛਾਲਾ ਹੋਇਆ, ਹੁਣ ਤਾਂ ਟਿੱਕੇ ਬੈਠਾ ਉਹ ਛੇਤੀ ਲੱਭੋ ਓਏ ਫੜ ਕੇ। ਚਲੋ ਚਲੋ ਹੈ ਨਹੀਂ ਇੱਧਰ ਦਾ। ਬਰਾਵੋ, ਜਿਵੇਂ ਤੁਹਾਨੂੰ ਪਤਾ ਹੀ ਆ ਕਿਵੇਂ ਕਾਨੂੰਨ ਦੇ ਨਾਂ ਤੇ ਸਾਡੇ ਅਮਨ ਪਸੰਦ ਸੂਬੇ ਪੰਜਾਬ ਵਿੱਚ ਜਵਾਨੀ ਨੂੰ ਰੋਲਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ। ਭਰਾਵੋ, ਜੋ ਸਾਨੂੰ ਹੱਕ ਤੇ ਅਧਿਕਾਰ ਸਾਡੇ ਸੰਵਿਧਾਨ ਨੇ ਦਿੱਤੇ ਨੇ ਉਹ ਸਾਤੋਂ ਖੋਹੇ ਜਾ ਰਹੇ ਨੇ। ਸਾਨੂੰ ਇਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਪਵੇਗੀ ਤੇ ਹੁਣ ਸਾਡੇ ਪੰਜਾਬ ਬਚਾਓ ਮੰਚ ਦੇ ਸੀਨੀਅਰ ਆਗੂ ਸਰਦਾਰ ਜੋਰਾ ਸਿੰਘ ਜੀ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਓ ਰਲ ਮਿਲ ਕੇ ਇਕੱਠੇ ਹੋਈਏ ਤੇ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਆਵਾਜ਼ ਉਠਾਈਏ। ਇੱਕ ਅਜੀਬ ਜਿਹੇ ਹਾਲਾਤ ਬਣ ਗਏ ਸੀ ਜਿੱਥੇ ਤੁਸੀਂ ਸਿਰਫ ਦੇਖ ਤਾਂ ਸਕਦੇ ਹੋ ਪਰ ਕਰ ਕੁਛ ਨਹੀਂ ਸੀ ਸਕਦੇ। ਮੇਰੇ ਸਾਲਿਆਂ ਨੇ ਲਹੂ ਪੀ ਰੱਖਿਆ, ਮੇਰੇ ਸਾਲੇ ਵੱਡੇ ਖਾੜਕੂ। ਜਨਾਬ, ਉਹ ਤਾਂ ਬੇਹੋਸ਼ ਹੋ ਗਿਆ। ਓਏ, ਉਹਨੂੰ ਜਾ ਕੇ ਕਹੋ ਆਪਣਾ ਮੂੰਹ ਬੰਦ ਰੱਖੇ, ਚੀਕਾਂ ਮਾਰ ਮਾਰ ਸਾਲਾ ਸਾਰੀ ਦਾਰੂ ਲਾਹੀ ਜਾਂਦਾ। ਜਨਾਬ, ਉਹਦਾ ਚੱਲ ਗਿਆ। ਹੈਂ, ਉਹ ਮੈਂ ਹੁਣ ਉਹਦਾ ਪੋਸਟਮਾਰਟਮ ਕਰਾਂ? ਕੀ ਕਰੀਏ ਫਿਰ ਉਹਦਾ? ਤੁਹਾਨੂੰ ਨਹੀਂ ਪਤਾ ਕੀ ਕਰਨਾ ਹੁਣ? ਬੇਬੇ, ਬਾਪੂ ਨਹੀਂ ਆਇਆ? ਨਾ ਪੁੱਤ, ਹਜੇ ਤਾਂ ਆਇਆ ਨੀ। ਤੈਨੂੰ ਪਤਾ ਤਾਂ ਹੈਗਾ ਹੀ ਆ, ਆ ਰੋਜ਼ ਰੋਜ਼ ਦੇ ਰੌਲਿਆਂ ਚ ਕਵੇਲਾ ਹੋ ਜਾਂਦਾ। ਤੂੰ ਤਾਂ ਰੋਟੀ ਖਾ ਲਾ, ਚਿੰਤਾ ਨਾ ਕਰਿਆ ਕਰ। ਬਾਪੂ ਜੀ, ਤੁਸੀਂ ਵੇਲੇ ਸਿਰ ਘਰ ਆ ਜਾਇਆ ਕਰੋ, ਹਾਲਾਤ ਬਹੁਤ ਖਰਾਬ ਨੇ। ਉਹ ਇਹਨਾਂ ਹਾਲਾਤਾਂ ਕਰਕੇ ਤਾਂ ਭੱਜੇ ਫਿਰਦੇ ਆ ਪੁੱਤ, ਲੋਕਾਂ ਲਈ ਲੜ ਰਹੇ ਹਾਂ, ਨਾਲੇ ਸਾਨੂੰ ਕੀ ਹੋਣ ਲੱਗਿਆ? ਡਰ ਤਾਂ ਸੋਡਾ ਰਹਿੰਦਾ ਗਰਮ ਲੋਕ ਦਾ, ਜਿਹੜਾ ਛੇਤੀ ਉਬਾਲੇ ਮਾਰ। ਨਾਲੇ ਪੁੱਤਰ, ਇਸ ਜਾਬਰ ਅੱਗੇ ਜ਼ੁਲਮ ਅੱਗੇ ਕਿਸੇ ਨਾ ਕਿਸੇ ਨੂੰ ਤਾਂ ਖੜਾ ਹੋਣਾ ਹੀ ਪਊਗਾ, ਕਦੋਂ ਤੱਕ ਆਪਣੀ ਕੌਮ ਇਹ ਝੱਲੀ ਜਾਊ?
जी इनी देर रात तक बारे ना को मैं करो ओ इनी रात नु कौन फिरदे ने हे मूल कोई साडे पिंड दे ता नहीं लगदे ਓਏ ਸਵਰਨਾ ਵੀ ਸਾਲਾ ਧੋਖਾ ਦੇ ਗਿਆ ਮੇਰੇ ਸਾਲਿਆਂ ਨਾਲ ਹੀ ਰਲਿਆ ਹੋਇਆ ਸੀ ਮੈਂ ਵੀ ਕਹਾਂ ਕਿ ਸਾਲੀ ਪੁਲਿਸ ਹਰ ਥਾਂ ਕਿਵੇਂ ਪਹੁੰਚ ਜਾਂਦੀ ਆ ਐ ਨਹੀਂ ਸਰਨਾ ਬਈ ਕੁਛ ਤਾਂ ਕਰਨੇ ਪਊ ਸਬਕ ਤਾਂ ਸਿਖਾਉਣਾ ਹੀ ਪਊਗਾ ਉਹ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਵੇ ਕੰਚਰ ਤਾਂ ਰੋਟੀਆਂ ਕਮਾਉਂਦਾ ਕਮਾਉਂਦਾ ਭਰੋਸਾ ਹੀ ਖਾ ਗਿਆ ਉਹਨਾਂ ਦੇ ਆਉਂਦਾ ਵੀ ਟਾਈਮ ਪਰ ਬਈ ਉਹ ਕੋਈ ਨਾ ਕਦੇ ਦਾਦੇ ਦੀਆਂ जय हिंद जनाब आ हुई की जा रहा थोड़ी एरिए कल एक तौड़ते एक पुलिस वाला मसा बचे ने अटैक च आ कानून ना दी चीज है कुछ ਜਿਹੜੀਆਂ ਉੱਪਰੋਂ ਚਿੱਠੀਆਂ ਆਈ ਜਾਂਦੀਆਂ ਇਹਨਾਂ ਦਾ ਮੈਂ ਕੀ ਕਰਾਂ ਗੌਰ ਨਹੀਂ ਕਰਦੇ ਵਾਸਤਾ ਨਹੀਂ ਇੱਕ ਗੱਲ ਹੋਰ ਆ ਚਿੱਠੀ ਪੱਤਰ ਤਾਂ ਮੈਂ ਸਾਂਭ ਲੂੰ ਜੇ ਉੱਤੋਂ ਕੋਈ ਇਨਕਾਰੀ ਆ ਗਈ ਫੇਰ ਨਹੀਂ ਮੇਤੋਂ ਸਾਂਭ ਹੋਣਾ ਓਏ ਸ਼ਰਮ ਕਰੋ ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਜਨਾਬ ਇਹ ਸਭ ਉਹਨਾਂ ਐਕਟੀਵਿਸਟਾਂ ਦਾ ਕੰਮ ਹੈ ਜਿਹੜੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ ਇਹਨਾਂ ਦਾ ਕੁਝ ਕਰਨਾ ਹੀ ਪਊ ਹੁਣ ਤਬਲੇ ਵਾਂਗੂ ਕਦੇ ਇੱਧਰ ਕਦੇ ਉੱਧਰ ਨਹੀਂ ਚੱਲਣਾ ਹੁਣ ਤਾਂ ਦੋਨੇ ਪਾਸੇ ਨਗਾੜਾ ਵੱਜੂ ਨਗਾੜਾ ਆ ਗਿਆ ਦੋਗਲਾ ਕੰਜਰ ਬਾਈ ਲੱਗਦਾ ਆ ਗਏ ਉਹ ਅੱਜ ਵੀ ਛੱਡਦੇ ਨੂੰ ਸਾਲ ਦੇ ਟੋਟੇ ਟੋਟੇ ਕਰ ਦਿਓ ਮੁੰਡਿਓ ਅਗਲੇ ਪਾਸੇ ਕਿਉਂ ਬਸਤੇ ਤੇਰਾ ਬਾਲ ਓਏ ਓਏ ਤੁਸੀਂ ਉੱਧਰ ਦੀ ਹੋ ਜਾਓ ਉੱਧਰ ਦੀ ਅਸੀਂ ਇੱਧਰ ਦੀ ਹੋ ਜਾਂਦੇ ਹਾਂ ਆਓ ਕੇ ਰਾਜੋ ਹੋਏ ਰੋਕ 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 ਮੈਂ ਲਿਆਉਣਾ ਬਾਹਰ ਕੱਢ ਕੇ ਟੋਟ ਨੂੰ ਉਹ ਫਿਕਰ ਨਾ ਕਰੋ ਬਜ਼ੁਰਗੋ ਸਾਡਾ ਮਹਿਮਾਨ ਬੈਠਾ ਤੁਹਾਡੇ ਨਾਲ ਉਹ ਲਿਆਓ ਇਹਨੂੰ ਵੱਡੇ ਨਾਡੂ ਖਾਂ ਨੂੰ ਬਾਹਰ ਨਿਕਲੋ ਅੱਜ ਚੂਹਾ ਛੱਡ ਦੋ ਜਨਾਬ ਬਾਹਰ ਆਈ ਕਿੱਥੇ ਲਈ ਜਾ ਰਿਹਾ ਅਰੇ ਬਾਹਰ ਉਹਨੂੰ ਕੋਈ ਭਲੇਖਾ ਲੱਗ ਗਿਆ ਜਨਾਬ ਛੱਡ ਦੋ ਮੈਨੂੰ ਜਰਾ ਨੇ ਪਾਈਆਂ ਮੈਨੂੰ ਨਾ ਲੈ ਕੇ ਜਾਓ ਉਹਨੂੰ ਕਿਤੇ ਨਹੀਂ ਛੱਡ ਦੇ ਨੂੰ ਦਾ ਖਾਤਾ ਤਾਂ ਅੱਜ ਬੰਦ ਹੀ ਕਰ ਦਿਆਂ ਉਹ ਚੱਲ ਬਈ ਖਿੱਚ ਦੇ ਚੂਹਾ ਖਿੜਕੀ ਚ ਆ ਹੀ ਗਿਆ ਚੱਲ ਪਾਣੀ ਪੀਣਾ ਪਾਣੀ ਪਿਓ ਇਹਨੂੰ ਦੇਖ ਭਰਾਵਾ ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਤਾਂ ਹੈ ਉਹ ਬਾਈ ਕਿਉਂ ਟਾਈਮ ਖਰਾਬ ਕਰਦੇ ਹੋ ਠੋਕੋ ਸਾਲੇ ਨੂੰ ਨਹੀਂ ਓਏ ਮੈਂ ਕੀ ਕੀਤਾ ਵੀਰੇ ਮੈਨੂੰ ਛੱਡ ਬਖਰਾ ਮੈਂ ਕੀ ਕੀਤਾ ਐਸੇ ਕੁਛ ਕੀਤਾ ਹੀ ਨਹੀਂ ਸਾਲਾ ਮੇਰਾ ਸੁਣ ਮੇਰੀ ਜਾ ਕੇ ਕਹਿ ਦੀ ਆਪਣੇ ਉਸ ਬੋਤੇ ਲਾਲ ਥਾਣੇਦਾਰ ਨੂੰ ਕਿ ਬਹੁਤ ਹੋ ਗਿਆ ਜੇ ਮੱਥਾ ਲਾਉਣਾ ਨਾ ਸਾਡੇ ਨਾਲ ਲਾਵੇ ਐਵੇਂ ਬੇਕਸੂਰ ਲੋਕਾਂ ਨੂੰ ਤੰਗ ਨਾ ਕਰੇ ਕਰੋ ਚੱਕ ਚੱਕ ਕੇ ਉਹ ਕੰਜਰ ਦਿਓ ਸੱਤ ਘਰ ਤਾਂ ਟੈਣ ਵੀ ਛੱਡ ਦਿੰਦੀ ਹੈ ਅਤੇ ਤੁਸੀਂ ਆਪਣੀ ਕੌਮ ਨੂੰ ਹੀ ਅਤੇ ਇਹ ਆਖਰੀ ਵਾਰ ਹੈ ਜਦੋਂ ਕੱਲ੍ਹ ਮੂੰਹ ਅਗਲੀ ਕੱਲ੍ਹ ਬੰਦੂਕ 'ਚੋਂ ਨਿਕਲੂ ਬੰਦੂਕ 'ਚੋਂ ਚਲੋ ਨਿਕਲੇ ਇੱਥੋਂ ਉਹ ਲੋਕ ਪਾਉਣਾ ਤਾਂ ਸਾਨੂੰ ਵੀ ਪਸੰਦ ਨਹੀਂ ਚੱਲ ਦੌੜ ਜਾ ਸਾਲਾ ਸਵੇਰੇ ਸ਼ਾਮ ਖਾਣ ਨੂੰ ਟੱਕਰੀ ਜਾਂਦੇ ਆ ਉਹ ਕਦ ਕੋਈ ਪਰੀ ਪੂਰੀ ਵੀ ਆ ਜੇ ਉਹ ਜੈਲੇ ਕਿਹੜਾ ਕੰਜਰ ਦਾ ਖੜਾ ਗਿਆ ਸਕੂਟਰ ਇਹ ਉਹਦਿਆਂ ਮੇਰੇ ਸਾਲ ਦੀਆਂ ਅੱਖਾਂ ਨਹੀਂ ਹੈਗੀਆਂ ਲਿਆ ਫੜ ਕੇ ਦੁਨੋ ਦੀ ਭੈਣ ਬੇ ਜੀਤੇ ਉੱਠ ਖੜ ਬੇ ਪੁੱਤ ਬੇ ਜੀਤੇ ਉੱਠ ਖੜ ਬੇ
ਸੁੱਤਾ ਕਿਉਂ ਪਿਆ ਵੇ? ਤੇਰੇ ਬਾਪੂ ਨੂੰ ਲਈ ਜਾਂਦੇ ਨੇ ਵੇ, ਵੇ ਨਹੀਂ ਜਾਂਦੇ ਨੇ ਵੇ, ਖਿੱਚ ਕੇ ਵੇ ਆ ਜਾਵੇ, ਛੇਤੀ ਉੱਠ ਖੜ ਪੁੱਤ, ਵੇ ਕਿਉਂ ਨਹੀਂ ਜਾਂਦੇ? ਓਏ ਓਏ ਮੈਨੂੰ ਕਿਉਂ ਤੁਸੀਂ ਛੋੜ ਲੈ ਵੇ ਬਾਪੂ, ਫਰੰਟ ਬਾਪੂ ਆਉਣਾ ਤਾਂ ਬਾਪੂ ਤੱਕ ਥੋੜਾ ਕਰ ਸਕਦੇ ਹੋ ਕਿਸੇ ਨਾਲ? ਲਿਓ ਪਹਿਲਾਂ ਫਰੰਟ ਕੱਢੋ ਫਰੰਟ ਬਾਪੂ ਬਾਪੂ, ਵੇ ਜਿੱਤੇ ਜਾਈ ਵੇ ਛੇਤੀ, ਤੇਰੇ ਚਾਚੇ ਨੂੰ ਬੁਲਾਈ ਵੇ। मैं देखता चाचा 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 जी चाचा जी चाचा जी चाचा जी चाचा 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 बापनू बापनू पुलिस वाले फड़ के लगे चोरे नु पुलिस वाले लगे हैं पापा चल जा थाने की कानून तो भी उपर होगी किसी भी चक लेंगे बड़े डरावने जे ख्याल आ रहे सी, सच्ची बड़े डरावने। ते कदे कुछ पुरानी याद अखा मूहरे आके घूमन लग पैंदी, पता नहीं क्यों। जनाब असीकाल जी, की है की गल हो गई जी? मेरा एक मिनट सरदार जी, रात तुहाडे बंदे इहदे बापू नूं घरों चुक ले, पता नहीं ना ही हुण दसदे ने कित्थे आ। कोई गल हो तां चके लिआंदा हो, कोई गड़बड़ करदा हो हैं? सोनू कोई भुलेखा लग्या हो जी, कितें तेरा भुलेखा ना कढ़णा पै जाए। देखी माड़ा जा, समझ गया, चलो इत्थों। सरदार जी कानून ना दी भी कोई चीज आ, बिना किसी गल दे बिना किसी गुनाह दे एवी बंदे चक्की जांदे ने। ओ तू है कौन? जनाब ए भी ओदे नाल दा ही है। अच्छा तू भी ओसे नसल दा है, कानून ना ते पौं पौं करन वाले। इत्थे कोई कानून नहीं चलदा, इत्थे सिर्फ ओ चलदा है जो मैं करदा, समझ गए? दफा हो जाओ इत्थों। देखो जी मैं अपने बापू ने लई बना नहीं जाना, जो मर्जी हो जाए मैं इत खड़ा। अच्छा तू नाल लेके जाएगा बापू नू, कानून नू अपना काम करन तो रोकेगा तू? काला खून ता ओदा ही है। मैं जानता तुहाडी ड्यूटी नू, मैं देखा तुहानू कानून दी राखी करदे होए नू। देखी जा फिर तू, अंदर करो इहनू। जनाब दसदा फिर मैनू गर्म लोग जिहड़ा छेती वाले मार जाए। जनाब आ की करिए जंजीरा अमिता बचन दा? चल चल ओए किथे? ओ तेनू एक बार सुनदा नहीं, चल मेरे नाल। किथे? ओ तेनू किथे ता लेके जा। मैं किते नहीं जाना, मैं मेरे बापू नू लेके जाना, मैं किते नहीं जाना। ओ चल पट लै पैर, ऐ तुरदा जिवें पैरों में झांजरां पाईआं होंदियां ने। चल सिद्धा हो, चल। मैनूं आए तां दस दिओ मेरा बापू कित्थे आ, नाले तुसीं मैनूं कित्थे लै जा रहे हो? मैं किते नहीं जाणा। लै वी जवाना कर लै तैयारी हुण। मैनू आए तां दस दो मेरा बापू कित्थे है? तेरा बुढ़ा तां गया उपर। ते हुण तेरी वारी है बापू। बापू।
उस काले दौर दे हनेरे ने मैनू भी निकली एक घर ही खत्म करता ते पता नहीं किन्ने को। बहुत माड़ा होया भरावा तेरे नाल, पर तू कल्ला ही नहीं जिदे नाल ए बेइंसाफी होई आ। ए जो अग लगी है ना एदा सेक तां आपां सारयां नूं लग रिहा है, आ जिंदर आ निशान ए सारे भी तेरे वर्गे हालातां दे मारे होए ने। आ फौजी नूं देख लै जिन्ने अपने सिदक लई अपनी नौकरी वार दित्ती। मैं भी तेरे वर्गा ही हाँ वीरे, मैं क्यों ये सारे जिन्होंने कदे सोचा भी नहीं ये जो कुछ हो गया की गुनाह हो गया सी साढ़े तो। कोई मर गया कोई मारता ये कोई वड्डी गल नहीं सी लगती, हालात ही इहो जे बन गए सी। रग्गा निकलो रग्गा पतला लगदा किसी होर ने भी वो फौजिया बंदूक तक खाली है। मतलब हाथा ते हाथ धर के बैठे रहिए ओए होर की कर सकते हैं ओए असला अपने कोल है नहीं बंदे अपने तुरी जा रहे आ ते हुण आपां भी अपनी वारी ड्यूटी करी जाइए। नहीं भाई कुछ तां करना ही पऊ सबक तां सिखाउणा ही पऊ इन्हां नूं। रग्गा ठीक कहिंदा बई चेला बई तां हो रहा नहीं हुण जो फैसला करना है तुसीं करना है। चल ठीक है तू ला पुराणा नूं सुनेहा हुनिया कट्ठे देखदे आ फिर की करना। मैं देखदा बई नाले किसे डाक्टर नूं देखदा। अच्छा नहीं पड़ेगा।
गलतियां माफ करी वे कोई बच के ना जावे जनाब अज तने दा जप नबेड़ी देना कोई नहीं बचना मेरे सड़े दा नबेड़ देना जप ने मैं एक मिनट भाई मैं थल्ले आउना तरला पैर भाई ओ चढ़ जा भाई अपनी जान बचाला भाई जे अपनी जान बचा सकता तो बचाला भाई हल रब रंग लुक गया सूरमिया चूहे वांगू केड़ी खटत जाके वड़ गया जे तू बाहर निकल आया तो हो सकता है तैनू कोई आसान मौत मिल जाए नहीं तो तेरे प्यो वांगू तड़पा तड़पा के मारूंगा मैं पोता लाला मैं निकलो बाहर लाल दी गोली तेरा इंतजार करती है आ जा मेरा बच्चा डरता क्यों है ओए आ जा तेरा प्यो तेरी उड़ीक करता हूं लगता क्यों है किरा तू बचेगा निकल बाहर से प्यो दे सामना कर हाथ में तो नहीं छुपते सोने आ गया ਉਹੀ ਦੌਰ ਸੀ ਜਿਸ ਦੀ ਸ਼ਾਇਦ ਇਤਿਹਾਸ ਵੀ ਹੰਝੂਆਂ ਚ ਗਵਾਹੀ ਭਰਦਾ ਰਹੇ ਇਹ ਉਹੀ ਦੌਰ ਸੀ ਜਿਸਨੂੰ ਇਨਸਾਨੀਅਤ ਵੀ ਸ਼ਰਮ ਨਾ ਭੁਲਾਉਣ ਨੂੰ ਫਿਰਦੀ ਹੋਈ ਇਹ ਹਾਲਾਤ ਸੀ ਜਿਨ੍ਹਾਂ ਨੇ ਹਜ਼ਾਰਾਂ ਘਰਾਂ ਦੇ ਦੀਵੇ ਬੁਝਾ ਦਿੱਤੇ ਤੇ ਪਤਾ ਨਹੀਂ ਕਿੰਨਿਆਂ ਨੂੰ ਕਿੱਥੇ ਦੂਰ ਲੈ ਗਏ ਉਹਨਾਂ ਦੇ ਆਪਣਿਆਂ ਤੋਂ ਖੋ ਕੇ ਮੌਤ ਦੀਆਂ ਪੈੜਾਂ ਪਤਾ ਨਹੀਂ ਕਿਤੇ ਬੂਹੇ ਅੱਗੇ ਆ ਕੇ ਖਲੋ ਜਾਂਦੀਆਂ ਪਰ ਫਿਰ ਵੀ ਅਸੀਂ ਸਿਰਫ ਵੇਖ ਹੀ ਰਹੇ ਸੀ ਬਸ ਵੇਖ ਰਹੇ ਸੀ Thank you.